ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਕਰਦਾ ਮੈਂ ਤੁਹਾਡਾ ਆਪਣੇ ਇਸ ਯੂਟਿਊਬ ਚੈਨਲ 'ਤੇ। ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿ ETT ਦੀ ਐਲੀਮੈਂਟਰੀ ਟੀਚਰਸ ਦੀ ਜੋ ਭਰਤੀ ਆਈ ਸੀ 635 ਪੋਸਟਾਂ, ਉਹਦੇ ਰਿਗਾਰਡਿੰਗ ਵੀ ਉਹਦਾ ਐਗਜ਼ਾਮ ਕਦ ਹੋਏਗਾ, ਉਹਦਾ ਸਿਲੇਬਸ ਕੀ ਆ, ਵੀ ਉਹਦਾ ਕਿੰਨੇ ਨੰਬਰ ਦਾ ਕੁਐਸਚਨ ਆਇਆ। ਜਿੱਦਾਂ ਤੁਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਇਹਨਾਂ ਦਾ ਦੇਖ ਰਹੇ ਹੋ, ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ, www.educationrecruitment.com। ਇਹਨਾਂ ਦੇ ਵਿੱਚ ਲਿਖਿਆ ਹੋਇਆ, ਮੈਂ ਤੁਹਾਨੂੰ ਇਹ ਨੋਟੀਫਿਕੇਸ਼ਨ ਅਤੇ ਲਿੰਕ ਪ੍ਰੋਵਾਈਡ ਕਰਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ, ਅਤੇ ਤੁਸੀਂ ਮੇਰੇ ਨਾਲ ਜੁਆਇਨ ਵੀ ਕਰ ਸਕਦੇ ਹੋ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ ਦੇ ਵਿੱਚ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਹਦੇ ਰਿਲੇਟਡ ਫੋਰਮਸ ਫਿਲਅਪ ਜਾਂ ਐਡਮਿਟ ਕਾਰਡ ਜਾਂ ਐਗਜ਼ਾਮ ਕਿੱਥੇ ਕਿਵੇਂ ਦੇਣਾ, ਸਾਰੀ ਡਿਟੇਲਸ ਵਗੈਰਾ ਮੈਂ ਤੁਹਾਨੂੰ ਦਿੰਦਾ ਰਹੂੰਗਾ। ਇਹਨਾਂ ਨੇ ਇਸ ਵਿੱਚ ਲਿਖਿਆ ਕਿ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਜਿਹੜੇ 635 ਸੀਗੇ ETT ਕੈਡਰ ਦੇ ਅਸਾਮੀਆਂ ਨੂੰ ਭਰਨ ਦੇ ਜਿਹੜਾ ਵਿਗਿਆਪਨ ਦਿੱਤਾ ਸੀਗਾ, ਉਹਨਾਂ ਦਾ ਜਿਹੜਾ ਲਿਖਤੀ ਟੈਸਟ ਲਿਆ ਜਾਣਾ ਹੈ। ਇਹਦਾ ਸਿਲੇਬਸ ਇਹਨਾਂ ਨੇ ਅਪਲੋਡ ਕਰਤਾ ਹੈ, ਤੁਸੀਂ ਇਹਨਾਂ ਦੀ ਸਾਈਟ 'ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ, ਅਤੇ ਇਹ ਟੈਸਟ ਸਪਟੈਂਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ, ਜੋ ਕਿ ਇਹਨਾਂ ਨੇ ਲਿਖਿਆ ਤਾਂ ਮੰਨ ਕੇ ਚੱਲੋ ਵੀ 10 ਤੋਂ 15 ਸਪਟੈਂਬਰ ਦੇ ਵਿੱਚ ਵਿੱਚ ਤੁਹਾਡਾ ਐਗਜ਼ਾਮ ਇਹ ਹੋ ਜਾਏਗਾ। ਅਤੇ ਗੱਲ ਕਰ ਲਈਏ ਇਹਦੇ ਸਿਲੇਬਸ ਦੀ, ਇਹਦੇ ਵਿੱਚ ਸਿਲੇਬਸ ਵਿੱਚ ਕੀ ਆਏਗਾ ਅਤੇ ਕਿੰਨੇ ਨੰਬਰ ਦਾ ਕੁਐਸਚਨ ਪੇਪਰ ਆਏਗਾ, ਇਹ ਸਿਲੇਬਸ ਵੀ ਮੈਂ ਤੁਹਾਨੂੰ ਪਿੰਨ ਕਰ ਦੂੰਗਾ, ਤੁਸੀਂ ਮੇਰੇ ਨਾਲ ਵਟਸਐਪ 'ਤੇ ਐਡ ਹੋ ਜਾਓ, ਮੈਂ ਤੁਹਾਨੂੰ ਉੱਥੇ ਇਹ ਲਿੰਕ ਵਗੈਰਾ ਪ੍ਰੋਵਾਈਡ ਕਰ ਦੂੰਗਾ। ਟੋਟਲ 100 ਨੰਬਰ ਦਾ ਪੇਪਰ ਆਏਗਾ, ਜਿਹਦੇ ਵਿੱਚ ਇੰਗਲਿਸ਼, ਪੰਜਾਬੀ, ਹਿੰਦੀ ਤਿੰਨਾਂ ਦੇ 15-15 ਨੰਬਰ ਹਨ। ਪੇਪਰ ਕੋਈ ਜ਼ਿਆਦਾ ਔਖਾ ਨਹੀਂ ਹੈ, ਅੱਜ ਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਵਿੱਚ ਕੀ ਭਾਸ਼ਾ ਉਪਭਾਸ਼ਾ ਹੁੰਦੀ ਹੈ, ਵਿਆਕਰਨ ਆਹੀ ਜੋ ਕੁਛ ਵੀ ਆਪਾਂ ਹਜੇ ਤੱਕ ਪੜ੍ਹੇ ਹਾਂ, ਔਰ ਇਹਨਾਂ ਨੇ ਸਪੈਸ਼ਲ ਲਿਖਿਆ ਵੀ ਹੋਇਆ ਵੀ ਪੱਧਰ 12ਵੀਂ ਤੱਕ ਦਾ, ਉਸ ਤੋਂ ਬਾਅਦ ਇੰਗਲਿਸ਼ ਦਾ ਅਤੇ ਉਸ ਤੋਂ ਬਾਅਦ ਇੱਦਾਂ ਹੀ ਹਿੰਦੀ ਦਾ ਪੇਪਰ ਆ। ਇਹਨਾਂ ਤਿੰਨਾਂ ਦੇ ਵਿੱਚ 15-15 ਮਾਰਕਸ ਦੇ ਕੁਐਸਚਨਸ ਆਉਣਗੇ, ਅਤੇ ਉਸ ਤੋਂ ਬਾਅਦ 20 ਨੰਬਰ ਦਾ ਆਪਣੇ ਮੈਥ ਦਾ ਪੇਪਰ ਆਏਗਾ, ਜੋ ਕਿ ਬੇਸਿਕ ਹੀ ਹੈ, ਕੋਈ ਐਡਵਾਂਸ ਮੈਥ ਇਹਨਾਂ ਵਿੱਚ ਨਹੀਂ ਪਾਇਆ ਹੈ। ਅਤੇ ਪੇਪਰ ਵੀ ਆਪਣੇ ਪੰਜਾਬੀ ਦੇ ਵਿੱਚ ਹੀ ਆਏਗਾ, ਜੋ ਕਿ ਕੋਈ ਐਡਾ ਔਖਾ ਨਹੀਂ ਹੋਏਗਾ, ਵੀ ਤੁਹਾਨੂੰ ਲੱਗੇਗਾ ਵੀ ਇੰਗਲਿਸ਼ ਦੇ ਵਿੱਚ ਅਟੈਂਪਟ ਕਰਨਾ ਜਾਂ ਕਿੱਦਾਂ। ਜਨਰਲ ਸਾਇੰਸ ਦਾ 20 ਮਾਰਕਸ ਦਾ ਪੇਪਰ ਹੋਏਗਾ, ਅਤੇ ਐਂਡ ਦੇ ਵਿੱਚ ਆਪਣਾ ਆਹ ਸੋਸ਼ਲ ਸਾਇੰਸ, ਇਹਦੇ ਵਿੱਚ 15 ਨੰਬਰ ਦਾ ਕੁਐਸਚਨ ਆਏਗਾ। ਸੋਸ਼ਲ ਸਾਇੰਸ ਤੁਸੀਂ ਅਰਥ ਸ਼ਾਸਤਰ ਵਗੈਰਾ ਪੜ੍ਹੇ ਹੋਏ ਆ, ਅਰਥ ਸ਼ਾਸਤਰ, ਨਾਗਰਿਕ ਸ਼ਾਸਤਰ, ਜਿਹੜਾ ਵੀ ਸਮਾਜਿਕ ਸਿੱਖਿਆ ਆਪਾਂ ਕਹਿ ਦਈਏ ਜਾਂ ਉਹਦੇ ਰਿਲੇਟਡ ਹੀ ਹੁੰਦਾ, ਭੂਗੋਲ, ਅਰਥ ਸ਼ਾਸਤਰ, ਇਤਿਹਾਸ ਅਤੇ ਨਾਗਰਿਕ ਸ਼ਾਸਤਰ, ਜੋ ਕਿ ਆਪਾਂ +2 ਲੈਵਲ ਤੱਕ ਪੜ੍ਹੇ ਹੀ ਹੁੰਦਾ 10th ਲੈਵਲ ਤੱਕ। ਇਹਦੇ ਜੋ ਵੀ ਇਹਨਾਂ ਦੀ ਕੱਟ ਆਫ ਵਗੈਰਾ ਹੋਊਗੀ, ਐਗਜ਼ਾਮਸ ਕਿੱਥੇ ਕੰਡਕਟ ਹੋਣਗੇ, ਉਹਦੇ ਰਿਲੇਟਡ ਮੈਂ ਸਾਰੀ ਡਿਟੇਲਸ ਤੁਹਾਨੂੰ ਇੱਥੇ ਪ੍ਰੋਵਾਈਡ ਕਰਦਾ ਰਹੂੰਗਾ। ਤੁਸੀਂ ਮੇਰੇ ਨਾਲ ਇਸੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਅੱਗੇ ਹੋਰ ਵੀ ਇਹਨਾਂ ਦੀ ਡਿਟੇਲਸ ਵਗੈਰਾ ਲੈ ਸਕਦੇ ਹੋ, ਅਤੇ ਆਹ ਜੋ ਵੀ ਇਹਨਾਂ ਦੀ ਨੋਟੀਫਿਕੇਸ਼ਨ ਹਨ ਮੈਂ ਤੁਹਾਨੂੰ ਆਪਣੇ ਵਟਸਐਪ ਗਰੁੱਪ 'ਤੇ ਪਿੰਨ ਕਰ ਦੂੰਗਾ, ਉਹਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੋ। ਧੰਨਵਾਦ।